ਹਾਂਜੀ ਹਸਰੀ ਕਾ ਸਾਰੇ ਨੂੰ ਕੀ ਹਾਲ ਚਾਲ ਆਸ ਕਰਦੇ ਹਾਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰੇ ਮੇਰੇ ਵੀਰ ਹੱਸਦੇ ਵਸਦੇ ਰਹੋ ਰਾਜੀ ਖੁਸ਼ੀ ਰਹੋ 11 ਜੁਲਾਈ ਹੋ ਗਈ ਆ 2024 ਦਿਨ ਹੋ ਗਿਆ ਵੀਰਵਾਰ ਹੋਂ ਦੀ ਚੀਜ਼ ਲੂ ਲਿਓ ਦੂਵੇ ਮਿਲਾ 24 ਜਰਨਾਤਾ ਜਵੇਦੀ ਜਰਨਾਤਾ ਦਾ ਜਵੇਦੀ ਹੋ ਗਿਆ ਕੱਲ ਦੋਸਤੋ ਜਰਨਾਤਾ ਸੀਗਾ ਮਰਕੋਲੇਦੀ ਤੇ ਦਿਨ ਸੀਗਾ ਬੁੱਧ ਤੇ ਕੰਮ ਹੋਇਆ ਸੀ ਸ਼ੁੱਧ ਤੇ ਅੱਜ ਹੋ ਗਿਆ ਦਿਨ ਵੀਰਵਾਰ ਤੇ ਕੰਮ ਖਰਾਬ ਹੋ ਗਿਆ ਥੋੜਾ ਜਾਂ ਥੋੜਾ ਜਾਨੀ ਸਾਰਾ ਹੀ ਕੰਮ ਖਰਾਬ ਹੋ ਗਿਆ ਬਹੁਤ ਸਿਕੰਜਾ ਜਿਹੜਾ ਕਾਸਤਾ ਮਲੋਨੀ ਸਰਕਾਰ ਨੇ ਮਲੋਨੀ ਸਰਕਾਰ ਨੇ ਏਜੰਟਾਂ ਦੇ ਖਿਲਾਫ ਜਿਹੜਾ ਸਿਕੰਜਾ ਕੱਸਿਆ ਉਹਦੇ ਅਧੀਨ ਬੀਤੇ ਕੱਲ ਹੀ ਕੱਲ 54 ਗ੍ਰਿਫਤਾਰੀਆਂ ਹੋ ਗਈਆਂ 54 ਚੱਕ ਲਿਆ ਏਜੰਟ ਏਜੰਸੀਆਂ ਚੱਕ ਲੀਆਂ ਆਈਟਲੀ ਤੋਂ 54 54 ਤੇ ਪੂਰੀ ਗੱਲਬਾਤ ਸ਼ੇਅਰ ਕਰੂੰਗਾ ਤੁਹਾਡੇ ਨਾਲ ਅਪਾਇੰਟਮੈਂਟ ਦੀ ਗੱਲਬਾਤ ਵੀ ਸ਼ੇਅਰ ਕਰੂੰਗਾ ਕਿੱਥੋਂ ਤੱਕ ਪਹੁੰਚ ਗਿਆ ਨੰਬਰ ਤੇ ਇੱਕ ਕੇਸ ਵੇਚਦੇ ਚੱਕਿਆ ਕੀ ਕੀ ਪ੍ਰੋਗਰਾਮ ਆ ਸਾਰਾ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੇ ਵੀਡੀਓ ਦੇ ਜਾਣ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਓ ਹਣਾ ਤਾਂ ਕਿ ਕੋਈ ਵੀਡੀਓ ਮਿਸ ਨਾ ਹੋ ਸਕੇ ਸੋ ਪੂਰੇ ਸੋਸ਼ਲ মিডিਆ ਜਿਹੜਾ ਇਟਲੀ ਦਾ ਇਟਲੀ ਦਾ ਜਿਹੜਾ মিডিਆ ਸੋਸ਼ਲ মিডিਆ ਨਹੀਂ ਇਟਲੀ ਦਾ মিডিਆ ਜਿਹੜਾ ਇਟਲੀ ਦਾ ਕਿਹੜਾ ਕਿਹੜਾ মিডিਆ ਸਾਰੇ মিডিਏ ਤੇ ਕੱਲ ਦੀ ਖਬਰ ਕੰਮ ਰਹੀ ਆ ਥੱਲੇ ਮੈਂ ਸਾਰੀਆਂ ਨਿਊਜ਼ ਦੇ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਸ਼ੇਅਰ ਕਰ ਦੂੰਗਾ ਕਿਸੇ ਮੇਰੇ ਵੀਰ ਨੂੰ ਕੋਈ ਡਾਊਟ ਨਾ ਰਹੇ ਜੇ ਕੱਲੀ-ਕੱਲੀ ਖਬਰ ਆਪ ਤੁਸੀਂ ਪੜ ਲਿਓ ਕਿਹੜੇ-ਕਿਹੜੇ মিডিਏ ਤੇ ਆ ਹੋਰ ਇਹ ਬੇਨਤੀ ਕਰਵਾਤਰੋ ਫੈਨ ਪੇਜ ਪੁਨਤੋ ਇਤ ਇਲ ਮਾਤੀਨੋ ਪੁਨਤੋ ਇਤ ਟੂਡੇ ਸੀ ਐਨ 24 ایਵੀ ਪੁਨਤੋ ਇਤ ਰਾਈ ਨਿਊਜ਼ ਲੈਟਰਾ ਐ ਕਤੂ ਤਰੇ ਇਲ ਮੈਸੇਂਜਰੋ ਬੋਰਸੋ ਇਟਾਲੀਆਨੋ ਇਹ ਸਾਰੇ ਜਿਹੜੇ ਨਿਊਜ਼ ਪੇਪਰ ਆ ਨਿਊਜ਼ ਚੈਨਲ ਆ ਇਹਨਾਂ ਤੇ ਜਿਹੜੀ ਇਹ ਖਬਰ ਆ ਜਿਹੜੀ ਅੱਗ ਵਾਂਗੂ ਫੈਲ ਚੁੱਕੀ ਆ ਤੁਹਾਨੂੰ ਕਿਸੇ ਪੰਜਾਬੀ ਆਪਣੇ ਮੀਡੀਆ ਨੇ ਸ਼ੇਅਰ ਨਹੀਂ ਕੀਤੀਗੀ ਮੈਂ ਸ਼ੇਅਰ ਕਰ ਰਿਹਾ ਸਾਰਿਆਂ ਦੇ ਲਿੰਕ ਵੀ ਖਬਰਾਂ ਦੇ ਸ਼ੇਅਰ ਕਰ ਰਿਹਾ ਕੀ ਆ ਖਬਰ ਕੀ ਆ ਬਈ ਬੀਤੇ ਕੱਲ 10 ਤਰੀਕ ਨੂੰ 10 ਤਰੀਕ ਨੂੰ 54 ਗ੍ਰਿਫਤਾਰੀਆਂ ਸਮੇਤ 47 ਗ੍ਰਿਫਤਾਰੀਆਂ ਤਕਰੀਬਨ ਤੇ ਸੱਤ ਜਿਹੜੀਆਂ ਘਰਾਂ ਦੇ ਵਿੱਚ ਅਰੈਸਟ ਕੀਤੇ ਗਏ ਆ ਏਜੰਸੀਆਂ ਏਜੰਟ ਜਾਲੀ ਕੰਮਾਂ ਦੇ ਪੇਪਰਾਂ ਦੇ ਜਾਲੀ ਪੇਪਰਾਂ ਦੇ ਚੱਕਰ ਦੇ ਵਿੱਚ ਜਾਲੀ ਪੇਪਰ ਕੀ ਸੀਗੇ ਦੋਸ਼ ਪਹਿਲਾਂ ਤਾਂ ਮੈਂ ਦੱਸਦਾ ਦੋਸ਼ ਉਹਨਾਂ ਤੇ ਕੀ ਲੱਗੇ ਆ ਦੋਸ਼ ਲੱਗੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਮਨੀ ਲਾਂਡਰਿੰਗ ਤੇ ਜਾਲੀ ਦਸਤਾਵੇਜ਼ ਦੀ ਪ੍ਰੈਪਰੇਸ਼ਨ ਠੀਕ ਹੈ ਜਿਹੜੇ ਦੋਸ਼ ਉਹਨਾਂ ਤੇ ਪਾਏ ਗਏ ਆ ਜਿਨ੍ਹਾਂ ਦੇ ਕਰਕੇ ਉਹ ਚੱਕੇ ਗਏ ਆ ਇਹ ਚੱਕੇ ਗਏ ਆ ਹਜੇ ਤਾਂ ਮਲੋਨੀ ਸਰਕਾਰ ਨੇ ਇਹ ਜਿਹੜੀ ਰਿਪੋਰਟ ਕੀਤੀ ਸੀਗੀ ਮਲੋਨੀ ਨੇ ਐਂਟੀ ਮਾਫੀਆ ਨੂੰ ਰਿਪੋਰਟ ਕੀਤੀ ਸੀਗੀ ਕੇਸ ਕੀਤਾ ਸੀਗਾ ਮਲੋਨੀ ਨੇ ਐਂਟੀ ਮਾਫੀਆ ਨੂੰ ਉਹਦੇ ਅਧੀਨ ਚੱਕੇ ਗਏ ਆ ਜਿਦੇ ਵਿੱਚ ਇਹ ਵੀ ਉਹਨੇ ਕਿਹਾ ਸੀਗਾ ਵੀ 15000 ਯੂਰੋ ਇੱਕ ਬੰਦੇ ਤੋਂ ਲਏ ਜਾਂਦੇ ਆ ਬਾਹਰ ਬਦੌਣ ਵਾਸਤੇ ਉਹਦੇ ਅਧੀਨ ਜਿਹੜੀ ਕਾਰਵਾਈ ਹੋਈ ਆ ਕਿੱਥੋਂ ਕਿੱਥੋਂ ਹੋਈ ਆ ਜਿਹੜਾ ਥੋੜੀ ਜਿਹੀ ਵੀ ਧਿਆਨ ਨਾਲ ਸੁਣ ਲਿਓ ਵੀ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਇਹ ਬੰਦੇ ਚੱਕੇ ਗਏ ਆ ਸਲਰਨੋ ਨਾਪੋਲੀ ਕਸੈਰਤਾ ਪੋਟੈਂਸਾ ਮਤੇਰਾ ਕੋਂਸੈਂਜ਼ਾ ਸਸਾਰੀ ਲਾਕੁਇਲਾ ਤੇ ਪੇਸਾਰੋ ਉਰਬਾਨੋ ਇਹਨਾਂ ਹਜੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਹਨੇ ਬੰਦਿਆਂ ਤੇ ਇੱਕ ਕਾਰਵਾਈ ਜਿਹੜੀ ਰੇਡ ਪੈ ਚੁੱਕੀ ਐ ਜਿਹੜੇ ਕਹਿੰਦੇ ਘੁੰਮਦੇ ਸੀ ਨਾ ਬਣੇ ਫਿਰਦੇ ਸੀਗੇ ਵੀ ਅਸੀਂ ਪੇਪਰ ਕਲਿੱਕ ਕਰਾਉਣੇ ਆ ਅੱਜ ਉਹ ਅਸੀਂ ਉਹ ਕਰਦੇ ਆ ਜੋ ਕਰਦੇ ਆ ਫਲਾਣਾ ਧਮਕਾ ਤੇ ਉਹਨਾਂ ਦੇ ਉੱਤੇ ਜਿਹੜੀ ਰੇਡ ਆ ਵਾਜ ਚੁੱਕੀ ਹੈ ਜਿਹਦੇ ਅਧੀਨ ਜਿਹੜੇ 47 ਚੱਕਲੇ ਆ ਤੇ 79 ਘਰਾਂ ਦੇ ਵਿੱਚ ਜਿਹੜੀ ਨਜ਼ਰ ਬੰਦ ਕਰ ਦਿੱਤਾ ਗਿਆ ਦੋਸ਼ ਦੋਸ਼ ਮੈਂ ਤੁਹਾਨੂੰ ਪਹਿਲੇ ਦੱਸ ਤੇ ਵੀ ਇਹਨਾਂ ਤੇ ਕੀ ਦੋਸ਼ ਲਾਏ ਗਏ ਸੀ ਇਹਦੇ ਅਧੀਨ ਚੱਲਦੇ ਮੈਂ ਤੁਹਾਨੂੰ ਇਹ ਵੀ ਦੱਸਦਾ ਵੀ ਬੱਤੀ ਪਾਲੀਆ ਬੱਤੀ ਪਾਲੀਆ ਸਾਰੇ ਮੇਰੇ ਵੀਰਾਂ ਨੇ ਜਿਹੜੇ ਬੀਟਲੀ ਦੇ ਵਿੱਚ ਪੈਂਦੇ ਆ ਉਹਨਾਂ ਨੂੰ ਪਤਾ ਹੋਊਗਾ ਬੱਤੀ ਪਾਲੀਆ ਦੇ ਵਿੱਚ ਜ਼ਮੀਨ ਜ਼ਬਤ ਕਰ ਲਈ ਐਜੰਟਾਂ ਦੀ ਜ਼ਮੀਨ ਜ਼ਬਤ ਕਰ ਲਈ ਤੇ 3 ਲੱਖ ਯੂਰੋ ਨਾਗਦ ਕੈਸ਼ ਬਰਾਮਦ ਕੀਤਾ ਗਿਆ ਘਰਾਂ ਦੇ ਵਿੱਚੋਂ ਏਜੰਟਾਂ ਦੇ ਏਜੰਟ ਕਿਹੜੇ ਸੀਗੇ ਬੰਗਲਾਦੇਸ਼ੀ ਤੇ আফਰੀਕੀ ਮੂਲ ਦੇ ਹਜੇ ਤਾਂ ਬੰਗਲਾਦੇਸ਼ੀ ਤੇ আফਰੀਕੀ ਮੂਲ ਦੇ ਏਜੰਟ ਹੀ ਧੱਕੇ ਜਿਹੜੇ ਆ ਤੇ ਹਜੇ ਆਪਣੇ ਇੰਡੀਅਨ ਮੂਲ ਦੇ ਜਿਹੜੇ ਆ ਹਜੇ ਪਿੱਛੇ ਲਾਈਨ ਦੇ ਵਿੱਚ ਆ ਕਿਉਂਕਿ ਉਹਨਾਂ ਦਾ ਨੰਬਰ ਛੇਤੀ ਆਉਣ ਵਾਲਾ ਸੋ ਵੀ ਮੇਰੇ ਬਈ 55ਾ ਬਹੁਤ ਜਿਆਦਾ ਸਰਕਾਰ ਨੇ ਕਸਤਾ ਹਨਾ ਜਿਹੜੀ ਖਬਰ ਆਹੀ ਮੈਂ ਜਿਹੜੀ ਸ਼ੇਅਰ ਕਰ ਰਿਹਾ ਨਾ ਕਿਸੇ ਆਪਣੇ ਪੰਜਾਬੀ মিডিਆ ਨੇ ਸ਼ੇਅਰ ਨਹੀਂ ਕਰਨੀਗੀ ਮੇਰੇ ਹਿਸਾਬ ਨਾਲ ਨਹੀਂ ਕਰਨੀਗੀ ਅ ਸੋ ਕੱਲ ਨੂੰ ਕਰ ਵੀ ਸਕਦੇ ਆ ਤੇ ਇਹਦਾ ਸਾਰੀਆਂ ਖਬਰਾਂ ਦਾ ਲਿੰਕ ਹਰੇਕ মিডিਆ ਦਾ ਲਿੰਕ ਹਰੇਕ ਖਬਰ ਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਸ਼ੇਅਰ ਕਰ ਦੋਨਾ ਤੁਸੀਂ ਆਪ ਪੜ ਸਕਦੇ ਹੋ ਤੇ ਆਪਦੇ ਹਿਸਾਬ ਨਾਲ ਅ ਟਰਾਂਸਲੇਟ ਕਰਕੇ ਇਹਦੇ ਤੇ ਗੌਰ ਕਰ ਸਕਦੇ ਆ ਇਹਦੇ ਵਿੱਚ ਫਸਣਗੇ ਕਿਹੜੇ ਹੁਣ ਹੁਣ ਫਸਣਗੇ ਕਿਹੜੇ ਇਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀਰ ਮੇਰਾ ਵੀ ਕੱਲਾ ਜਿਹੜਾ ਜੇ ਕਿਸੇ ਤੁਹਾਡੇ ਰਿਸ਼ਤੇਦਾਰ ਨੇ ਕਿਸੇ ਤੋਂ ਪੇਪਰ ਭਰਾਇਆ। ਉਹ ਨਹੀਂ ਆਇਆ ਨਹੀਂ ਵੀ ਕੋਈ ਰਿਸ਼ਤੇਦਾਰ ਭਾਜੂਗਾ ਤੁਹਾਡਾ ਨਹੀਂ। ਜਾਂ ਕਿਸੇ ਨੇ ਕਿਸੇ ਦੇ ਰਹੀਂ ਕੰਮ ਕਰਾਇਆ, ਵਕੀਲ ਦੇ ਰਹੀਂ ਕੰਮ ਕਰਾਇਆ ਨਹੀਂ ਉਹ ਵੀ ਨਹੀਂ ਉਹ ਵੀ ਬਾਹਰ ਆ। ਇਤੇ ਵਿੱਚ ਉਹ ਏਜੰਸੀਆਂ ਫਸਣ ਗਿਆ, ਉਹ ਏਜੰਸੀਆਂ ਫਸ ਰਹੀਆਂ। ਜਿਹੜੇ 1000 1000 15 1500 2 2000 ਪਾਈ ਪਾਈ 1000 ਬੰਦੇ ਦੇ ਪੇਪਰ ਕਲਿੱਕ ਕਰਾਉਂਦੇ ਸੀ। ਮਤਲਬ ਇੱਕ ਹੀ ਮਾਲਕ ਦੇ ਪੇਪਰ ਲਾ ਕੇ ਉਹਦੇ ਤੇ 50 50 100 100 ਬੰਦੇ ਦੇ ਪੇਪਰ ਭਰਦੇ ਹੋਏ ਸੀਗੇ ਉਹਦੇ ਵਿੱਚ ਫੜਨ ਗਿਆ ਇਹ ਤਾਂ ਇਹ ਜਿਹੜੀ ਆ ਚਿੱਠਾ ਅੱਜ ਮੈਂ ਤੁਹਾਨੂੰ ਸ਼ੇਅਰ ਕੀਤਾ ਇਹ 2020 ਵਾਲੀ ਫਲੂਸੀ ਜਿਹੜੇ ਕਲੈਕ ਕੋਏ ਸੀਗੇ ਪੇਪਰ ਉਹਨਾਂ ਦਾ ਅਜੇ ਫਿਲਹਾਲ ਤੇ ਹਜੇ ਉਸ ਤੋਂ ਬਾਅਦ 2022 23 24 ਹਜੇ ਬਾਕੀ ਆ ਲਾਈਨ ਦੇ ਵਿੱਚ ਆ ਦਾ ਤਿਆਰ ਰਹਿਣ ਜਿਹੜੇ ਇਹ ਕੰਮ ਕਰਦੇ ਸੀਗੇ 2 ਨੰਬਰ ਦਾ ਠੀਕ ਆ ਜਿਹੜੇ ਦੁਕਾਨਾਂ ਥਾਂ ਤੋਂ ਦੇ ਖੋਲ ਕੇ ਬੈਠੇ ਆ ਨਾ ਤੇ ਉਹ ਆਦਾ ਹੁਣ ਤਿਆਰ ਰਹਿਣ ਤੇ ਹੁਣ ਸਾਰਾ ਮਲੋਨੀ ਨੇ ਬਾਇਓ ਡਾਟਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਜਿੱਥੇ ਇੱਕ ਪਾਸੇ ਕੱਚੇ ਬੰਦੇ ਦੀ ਸਕੰਜਾ ਕਰਸਿਆ ਉੱਥੇ ਕੱਚੇ ਬੰਦਿਆਂ ਨੂੰ ਕੱਚੇ ਕਰਾਉਣ ਵਾਲਿਆਂ ਤੇ ਵੀ ਸਕੰਜਾ ਕਰਦਾ ਕੱਚੇ ਕਰਾਉਣਾਂ ਦਾ ਕੀ ਮਤਲਬ ਆ ਜਿੱਥੇ ਬੰਦੇ ਕੱਚੇ ਆ ਆ ਕੇ ਕੱਚੇ ਹੁੰਦੇ ਸੀ ਕੱਚਾ ਨੂੰ ਲਿਉਂਦਾ ਕੌਣ ਸੀਗਾ ਏਜੰਟ ਕੱਟਿਆ ਕੱਚੇ ਬੰਦੇ ਨੂੰ ਲੈ ਕੇ ਕੌਣ ਛੱਡਦਾ ਸੀ ਉਤੋਂ ਜਹਾਜ਼ ਚੜਾ ਰਾ ਇੱਥੇ ਆ ਕੇ ਛੱਡ ਤੇ ਕੱਚੇ ਬੰਦੇ ਕਰਨ ਦੇ ਵਿੱਚ ਦੋਸ਼ ਕੀ ਦਾ ਹੱਥ ਸੀ ਏਜੰਟਾਂ ਦਾ ਉਹ ਸਾਰੇ ਹੁਣ ਸਮਝ ਲਓ ਬਈ ਆਪ ਦਾ ਆਪਾਂ ਬੋਰੀਆ ਬੈਸਤਰ ਤਿਆਰ ਰੱਖੋਗੇ ਹੇ ਰਾਂ ਕਿਸੇ ਪਾਸੇ ਵਾਸਤੇ ਸੋ ਦੋਸਤ ਸਭ ਤੋਂ ਵੱਡੀ ਅਪਡੇਟ ਤਾਂ ਇਹ ਸੀਗੀ ਉਸ ਤੋਂ ਬਾਅਦ ਗੱਲ ਕਰਦਾ ਅਪਾਇੰਟਮੈਂਟਾਂ ਦੀ ਅਪਾਇੰਟਮੈਂਟਾਂ ਨੇ ਮਿਲ ਰਹੀਆਂ ਹੌਲੀ ਹੌਲੀ ਮਿਲ ਰਹੀਆਂ ਏ 1500 ਨੰਬਰ ਵੀਰ ਨੂੰ ਪਹਿਲਾਂ ਤਾਂ ਮੈਂ ਕੱਲ ਦੱਸਿਆ ਸੀ ਕਿ ਨਹੀਂ 18000 20000 ਨੂੰ ਮਿਲੀ ਹੈ ਬਾਈ ਅਗਸਤ ਦੀ ਹਨਾ 22 ਜੁਲਾਈ ਦੀ 23 ਜੁਲਾਈ ਦੀ 1500 ਨੰਬਰ ਵੀਰ ਦਾ ਰੈਫਰੈਂਸ ਉਹਨੂੰ 24 ਅਗਸਤ ਦੀ ਅਪਾਇੰਟਮੈਂਟ ਮਿਲੀ ਆ 1500 ਨੰਬਰ ਆ ਰੈਫਰੈਂਸ ਨੰਬਰ 24 ਅਗਸਤ ਦੀ ਅਪਾਇੰਟਮੈਂਟ ਪਤਾ ਨਹੀਂ ਕਿਸ ਹਿਸਾਬ ਨਾਲ ਇਹ ਅਪਾਇੰਟਮੈਂਟ ਆ ਦੇ ਰਹੇ ਆ ਕੀ ਕਰ ਰਹੇ ਆ ਯਾਰ ਕੋਸੇ ਸਮਝ ਨਹੀਂ ਆਉਂਦੀ ਜੇ 1500 ਰੈਫਰੈਂਸ ਨੰਬਰ ਆ ਉਹਨੂੰ 24 ਅਗਸਤ ਦੀ ਦੇਤੀ ਜਿਹਦਾ ਰ 20000 ਦੇ ਨੇਡ ਸੀਗਾ ਰੈਫਰੈਂਸ ਨੰਬਰ ਉਹਨੂੰ 22 23 ਜੁਲਾਈ ਦੀ ਦਿੱਤੀ ਇਹਨਾਂ ਨੇ ਅਪਾਇੰਟਮੈਂਟ ਪਰ ਦੋਸਤੋ ਜੀ ਨੂੰ ਅਪਾਇੰਟਮੈਂਟ ਮਿਲ ਰਹੀ ਆ ਸਾਰਿਆਂ ਨੂੰ ਮਿਲ ਰਹੀ ਆ ਜਿਹਦਾ ਇਹ ਰੈਫਰੈਂਸ ਨੰਬਰ ਆ ਚੁੱਕਾ ਨਾ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਪਲਾਂ ਪੇਪਰ ਐਕਸਪਾਇਰ ਵੀ ਹੋ ਜਾਣਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਕੱਲ ਮੇਰੇ ਵੀਰ ਦਾ ਇੱਕ ਦੇ ਪੇਪਰ ਜਮ੍ਹਾਂ ਹੋਇਆ ਜਿਹਦਾ ਐਕਸਪਾਇਰ ਹੋ ਗਏ ਸੀ ਪੇਪਰ ਪਰ ਉਹਨੂੰ ਰੈਫਰੈਂਸ ਨੰਬਰ ਮਿਲ ਚੁੱਕਾ ਸੀਗਾ ਉਸ ਤੋਂ ਬਾਅਦ ਉਹਦੀ ਅਪਾਇੰਟਮੈਂਟ ਆਈ ਉਹਦੇ ਪੇਪਰ ਜਮ੍ਹਾਂ ਹੋ ਗਿਆ ਓਕੇ ਹੋ ਗਿਆ ਸਾਰਾ ਕੁਝ ਤੇ ਇਹ ਡਰਨ ਦੀ ਲੋੜ ਨਹੀਂ ਇਹ ਜਦੋਂ ਰੈਫਰੈਂਸ ਨੰਬਰ ਮਿਲ ਚੁੱਕਾ ਉਸ ਇਹ ਇਹਨਾਂ ਨੇ ਆਪ ਦਾ ਸਿਸਟਮ ਵੇਖਣਾ ਵੀ ਕਿਸ ਤਰ੍ਹਾਂ ਨਾਲ ਕਿਨੂੰ ਅਪਾਇੰਟਮੈਂਟ ਦੇਣੀ ਹੈ ਕਿਸੇ ਦੇ ਹੱਥ ਵਿੱਚ ਨਹੀਂ ਹੈਗਾ ਸੋ ਅੱਗੇ ਗੱਲ ਕਰਦੇ ਆਂ ਅੱਗੇ ਇੱਕ ਮੇਰੇ ਵੀਰ ਦਾ ਕਮੈਂਟ ਆਇਆ ਸੀ ਵੀ ਭਾਜੀ ਵੀ ਪੇਪਰ ਮਾਲਕ ਕਹਿੰਦਾ ਵੀ ਪੇਪਰ ਨਿਕਲੇ ਸੀਗੇ ਨੂੰ ਲਾ ਉਸ ਤਾਂ ਨਿਕਲਿਆ ਸੀਗਾ ਵੀ ਤੇਰੇ ਪੇਪਰ ਖਰਾਬ ਹੋ ਗਿਆ ਕਿਉਂਕਿ ਮਾਲਕ ਨੇ ਟੈਕਸ ਨਹੀਂ ਤਾਰਿਆ ਮਾਲਕ ਨੇ ਟੈਕਸ ਨਹੀਂ ਤਾਰਿਆ ਪੇਪਰ ਖਰਾਬ ਹੋ ਗਿਆ ਇਹਦਾ ਮਤਲਬ ਇਹ ਆ ਵੀਰ ਮੇਰੇ ਵੀ ਤੁਹਾਡੇ ਪੇਪਰ ਆ ਜਿਹੜੇ ਰਿਵੋਕਾ ਹੋ ਗਿਆ ਰਿਵੋਕਾ ਕੀ ਹੋ ਗਿਆ ਪਹਿਲਾਂ ਤੁਹਾਡਾ ਨੂੰ ਲਾ ਉਸ ਤਾਂ ਨਿਕਲ ਗਿਆ ਸੀ ਜਾਰੀ ਹੋ ਗਿਆ ਸੀਗਾ ਉਸ ਤੋਂ ਬਾਅਦ ਜਦੋਂ ਸ਼ਾਨਬੀਨ ਹੋਈ ਪੂਰੀ ਸ਼ਾਨਬੀਨ ਤੋਂ ਬਾਅਦ ਜਿਹੜਾ ਪੇਪਰ ਜਿਹੜੇ ਤੁਹਾਡੇ ਕੈਨਸਲ ਹੋ ਸਕਦੇ ਆ ਠੀਕ ਆ ਤੈਨੂੰ ਲਾ ਉਸ ਜਿਹੜਾ ਕੈਨਸਲ ਹੋ ਸਕਦਾ ਜਿਹਨੂੰ ਆਪਾਂ ਕਹਿੰਦੇ ਰਿਵੋਕਲ ਹੋ ਗਿਆ ਮਤਲਬ ਉਹ ਕੈਨਸਲ ਹੋ ਗਿਆ ਸੋ ਇਦਾਂ ਵੀ ਹੁੰਦਾ ਬਹੁਤ ਹੱਦ ਤੱਕ ਇਦਾਂ ਹੁੰਦਾ ਹੋਂ ਤੱਕ ਹੁਣ ਇਦਾਂ ਇਹ ਡਿਜੀਟਲ ਜਮਾਨਾ ਆ ਗਿਆ ਵੀਰ ਮੇਰੇ ਉਹ ਵੀ ਹੁਣ ਇਹ ਨਹੀਂ ਰਹਿ ਗਿਆ ਵੀ ਕੋਈ ਤੁਹਾਨੂੰ ਧੋਖੇ ਦੇ ਵਿੱਚ ਰੱਖ ਸਕੂਗਾ ਸਾਰੀ ਡਿਜੀਟਲ ਕਾਰਵਾਈ ਹੋ ਗਈ ਆ ਉਹ ਲਾ ਵਸਤਾ ਦੀ ਚਲ ਚੈੱਕ ਹੋ ਜਾਂਦਾ ਸਾਰਾ ਕੁਝ ਉਸ ਚੈੱਕ ਹੋ ਜਾਂਦਾ ਕੋਈ ਆਨਲਾਈਨ ਹੈਗਾ ਸਾਰਾ ਸਿਸਟਮ ਆਨਲਾਈਨ ਹੈਗਾ ਅੱਕੇ ਇੱਕ ਮੇਰੇ ਵੀਰ ਦਾ ਹੋਰ ਬਹੁਤ ਵਧੀਆ ਕਮੈਂਟ ਆਇਆ ਸੀ ਇੱਕ ਦਾ ਨਹੀਂ ਕਈਆਂ ਦੇ ਵੀਰਾਂ ਦੇ ਕਮੈਂਟ ਆਏ ਸੀ ਵੀ ਜਿਹੜੇ ਆਏ ਆ ਉਹਨਾਂ ਨੂੰ ਕੰਮ ਮਿਲਦਾ ਨਹੀਂ ਹਨਾ ਤੇ ਤੁਸੀਂ ਕੱਲ ਵਾਲੀ ਵੀਡੀਓ ਦੇ ਵਿੱਚ ਦੱਸਿਆ ਵੀ ਸਿਸਟਮ ਸਰਕਾਰ ਦੇ ਨਵਾਂ ਕੜਤਾ ਵੀ ਜਿਹੜੇ ਕਰਿੰਦੇ ਆ ਮਾਰ ਹਨਾ ਕਿਸੇ ਸੈਕਟਰ ਦੇ ਵਿੱਚ ਐਕਸਪਰਟਾ ਨੂੰ ਨਾਉ ਬੁਲਾਉਣ ਵਾਸਤੇ ਸਰਕਾਰ ਮੰਗ ਕਰ ਰਹੀ ਹੈ ਵੀ ਜਿਹੜੇ ਪਹਿਲਾਂ ਇੱਥੇ ਬੈਠੇ ਆ ਉਹਨਾਂ ਨੂੰ ਤਾਂ ਕੰਮ ਦੇਣ ਹੀ ਰਏ ਐ ਅਸਲੀਅਤ ਦੋਸਤੋ ਇਹ ਆ ਵੀ ਜੇ ਪਹਿਲਾਂ ਤੁਸੀਂ ਬੈਠੇ ਆ ਤੁਸੀਂ ਪਹਿਲਾਂ ਆਪਦੇ ਪੀਡੀਐਸ ਥਲੇ ਥੋੜਾ ਜਿਹਾ ਸੋਟਾ ਮਾਰੋ ਕਿ ਤੁਹਾਨੂੰ ਇਟਾਲੀਅਨ ਆਉਂਦੀ ਆ ਕੀ ਤੁਹਾਡੇ ਕੋਲ ਪੇਪਰ ਹੈਗੇ ਆ ਕੀ ਤੁਸੀਂ ਕਿਸੇ ਕੰਮ ਦੇ ਵਿੱਚ ਤੁਹਾਡੇ ਕੋਈ ਡਿਗਰੀ ਡਿਪਲੋਮਾ ਤਜਰਬਾ ਹੈਗਾ ਥੋੜਾ ਜਿਹਾ ਪਹਿਲਾਂ ਆਪਦੇ ਪੀੜੇ ਥੱਲੇ ਸੋਟਾ ਮਾਰੋ ਫੇਰ ਇਹ ਗੱਲ ਕਰਿਓ ਵੀ ਸਾਨੂੰ ਕੰਮ ਨਹੀਂ ਮਿਲਦਾ ਠੀਕ ਹੈ ਜੇ ਆਪਾਂ ਕਹਿੰਗੇ ਵੀ ਕਿਸੇ ਤੂੰ ਹੁਣ ਮੈਂ ਜੇ ਕਿਸੇ ਨੂੰ ਕਹਿ ਦਿਆਂ ਵੀ ਵੀਰ ਮੇਰੇ ਉਹ ਵੀ ਜਿਹੜੀ ਇਟਲੀ ਦੇ ਵਿੱਚ ਹੋਣਾ ਬੋਲੀ ਸਿੱਖ ਕੇ ਆਓ ਬੋਲੀ ਸਿੱਖ ਲਓ ਥੋੜੀ ਬਹੁਤ ਸਿੱਖ ਲਓ ਕਿਸੇ ਕੰਮ ਦੇ ਵਿੱਚ ਤਿਆਰਬਾ ਆਉਂਦਾ ਹੋਵੇ ਤੁਹਾਨੂੰ ਕਿਸੇ ਕੰਮ ਦੇ ਮਾਹਰ ਹੈਗੇ ਆ ਮੈਂ ਵੇਖਿਆ ਇੱਥੇ 50% ਬੰਦੇ ਜਿਹੜੇ ਕੰਮਾਂ ਦੇ ਵਿੱਚ ਮਾਹਰ ਆ ਜਿੰਦਾ ਕੋਈ ਆ ਬੋਲੀ ਨਹੀਂ ਵੀ ਆਉਂਦੀ ਮਾਰ ਹੈਗੇ ਆ ਉਹ ਕਿਸੇ ਨਾ ਕਿਸੇ ਪਾਸੇ ਕੰਮਾਂ ਤੇ ਠਾਹ ਜਾਂਦੇ ਆ ਕਿਉਂ ਕਿਉਂਕਿ ਉਹਨਾਂ ਕੋਲੇ ਤਜਰਬਾ ਹੈਗਾ ਹੁਣ ਮੇਰੇਗਾ ਮਾਤੜ ਬੰਦਾ ਜਿਹਨੇ ਪੇਪਰ ਕੇ ਏਜੰਟ ਤੋਂ ਪਰਾਲੇ ਨਾ ਕੋਈ ਇਟਲੀ ਦੀ ਸੁੱਧ ਬੁੱਧਾ ਵੀ ਉੱਤੇ ਕਿਹੜੀ ਬੋਲੀ ਬੋਲੀ ਜਾਂਦੀ ਹੈ ਨਾ ਕੋਈ ਉੱਥੇ ਪਤਾ ਵੀ ਉੱਥੇ ਰਹਿਣਾ ਸਣਾ ਕਿੱਦਾਂ ਦਾ ਨਾ ਪਤਾ ਵੀ ਖਾਣਾ ਪੀਣਾ ਉੱਤੇ ਕਿੱਦਾਂ ਦਾ ਹੁਣ ਮੇਰੇਗਾ ਬੰਦਾ ਇੱਥੇ ਟੀ ਦੇ ਵਿੱਚ ਲਿਆ ਕੇ ਸੜਦੇ ਹੋ ਠੀਕ ਆ ਉਹਨਾਂ ਦਾ ਬੋਲੀ ਆਉਂਦੀ ਹੈ ਉਹ ਜੇ ਦੋ ਦਿਨ ਬਾਅਦ ਕਹੂਗਾ ਵੀ ਹਾਂ ਇੱਥੇ ਤਾਂ ਕੰਮ ਹੀ ਹੈ ਨੀਗਾ ਕੰਮ ਉਹਨੂੰ ਕਿਨੇ ਲੈ ਕੇ ਜਾਣਾ ਨਾਦ ਨੂੰ ਬੋਲੀ ਆਉਂਦੀ ਹੈ ਮਾਤੜਾ ਨਾ ਤੇਰੇ ਕੋਲ ਪੇਪਰ ਬਣਿਆ ਤੇ ਨਾ ਤੇਰਾ ਕੋਈ ਲੈਂਕ ਹੈਗਾ ਤੇ ਨਾ ਤੇਰੇ ਕੋ ਕੋਈ ਥਿਰਬਾ ਉਹ ਨਿਊਟਲ ਬੰਦਾ ਵੀ ਮੇਰੇ ਵੀ ਥੋੜਾ ਜਿਆ ਗੱਲਾਂ ਤੇ ਗੌਰ ਕਰਿਆ ਕਰੋ ਠੀਕ ਆ ਮੈਂ ਸਾਰੀ ਗੱਲ ਤੁਹਾਨੂੰ ਠੇਢ ਪੰਜਾਬੀ ਦੇ ਵਿੱਚ ਕਹਿੰਦਾ ਹੁਣਾ ਵੀ ਪਹਿਲਾਂ ਜਾਣਕਾਰੀ ਲਓ ਜਿਹੜੇ ਕੰਟਰੀ ਦੇ ਵਿੱਚ ਆਉਣਾ ਇਟਲੀ ਦੇ ਵਿੱਚ ਆਉਣਾ ਤੁਸੀਂ ਪਹਿਲਾਂ ਜਾਣਕਾਰੀ ਲਓ ਵੀ ਕੀ ਕੀ ਇੱਥੇ ਚਾਹੀਦਾ ਕੀ ਕੀ ਨਹੀਂ ਜੇ ਆਪਦੀ ਲਾਈਫ ਸੈੱਟ ਕਰਨੀ ਹੈ ਨਹੀਂ ਤਾਂ ਤੁਸੀਂ 0 ਤੋਂ ਸਟਾਰਟ ਹੋਣਾ ਦਿਹਾੜੀਆਂ ਤੋਂ ਦਿਹਾੜੀਆਂ ਵੀ ਇੱਕ ਦਿਹਾੜੀ ਘੰਟਿਆਂ ਦੇ ਹਿਸਾਬ ਨਾਲ ਪਹਿਲਾ ਦਿਨ ਮੰਨ ਲਓ ਇੱਕ ਘੰਟਾ ਲੱਗਿਆ ਤੁਹਾਡਾ ਦੂਜੇ ਦਿਨ 2 ਘੰਟੇ ਲੱਗੇ ਤੀਜੇ ਦਿਨ 4 ਘੰਟੇ ਇਸ ਤਰ੍ਹਾਂ ਲੱਗੂਗਾ ਮਹੀਨੇ ਦੇ ਕਈ ਹਰੀ 5 ਦਿਹਾੜੀਆਂ ਵੀ ਲੱਗਦੀਆਂ ਸ਼ੁਰੂ-ਸ਼ੁਰੂ ਦੇ ਵਿੱਚ ਇਹ ਹੁੰਦਾ 0 ਲੈਵਲ ਮਾਰਟਰ ਬੰਦਿਆਂ ਦਾ ਤੇ ਜਿਨ੍ਹਾਂ ਕੋਲ ਹੈਗਾ ਤਿਆਰ ਬਾਜੇ ਹੁਣ ਮੈਂ ਕਹਿੰਦਾ ਵੀ ਤਿਆਰ ਬੇਈ ਲੋੜ ਆ ਤਿਆਰ ਬੇਲੇ ਬੰਦਿਆਂ ਦੀ ਲੋੜਾ ਮੈਂ ਇਥੇ ਇਹ ਵੀ ਕਲੀਅਰ ਕਰਨਾ ਵੀ ਹੁਣ ਸਰਕਾਰ ਕਿਉਂ ਬਿਨਾ ਕੋਟੇ ਤੋਂ ਕਹਿੰਦੀ ਹੈ ਵੀ ਬੰਦੇ ਆ ਸਕਦੇ ਆ ਬਿਨਾ ਫਲੂਸੀ ਖੁੱਲਣ ਤੋਂ ਬੰਦੇ ਆ ਸਕਦੇ ਆ ਕਿਉਂ ਇਹਨਾਂ ਨੇ ਕਿਹਾ ਕਿਉਂਕਿ ਜਿਹੜੇ ਪੁਰਾਣੇ ਬੰਦੇ ਆ ਕੰਮਾਂ ਕਰਾਂ ਦੇ ਫੈਕਟਰੀਆਂ ਦੇ ਵਿੱਚ ਜਾਂ ਹੋਰ ਕਿਸੇ ਇੰਡਸਟਰੀ ਏਰੀਏ ਦੇ ਵਿੱਚ ਜਿਹੜੇ ਪੁਰਾਣੇ ਬੰਦੇ ਆ ਵੀਰ ਮਿਰਿਓ ਉਹ ਪੈਨਸ਼ਨਾਂ ਤੇ ਜਾ ਰਹੇ ਆ ਉਹ ਪੈਨਸ਼ਨਾਂ ਤੇ ਜਾ ਰਹੇ ਜਿਹੜੀ ਨਵੀਂ ਇਟਲੀ ਦੀ ਪੀੜ੍ਹੀ ਆ ਉਹ ਇਟਲੀ ਦੇ ਵਿੱਚ ਕੰਮ ਕਰਕੇ ਰਾਜੀ ਨਹੀਂ ਉੱਥੇ ਪੜ ਲੈ ਕੇ ਬਾਹਰਲੇ ਕੰਟਰ ਨੂੰ ਅੱਗੇ ਨਿਕਲ ਜਾਂਦੇ ਆ ਸੋ ਫੈਕਟਰੀਆਂ ਦੇ ਵਿੱਚ ਇੰਡਸਟਰੀ ਏਰੀਏ ਦੇ ਵਿੱਚ ਬੰਦਿਆਂ ਦੀ ਬਹੁਤ ਲੋੜ ਆ ਇਸ ਕਰਕੇ ਸਰਕਾਰ ਨੇ ਪੇਪਰ ਖੁੱਲੇ ਵੀ ਬਿਨਾ ਪੇਪਰ ਖੁੱਲਣ ਤੋਂ ਤੁਸੀਂ ਤਿਆਰਬਾ ਕੱਢੋ ਆਉਦਾ ਤਿਆਰਬਾ ਦਿਓ ਤੇ ਆਓ ਇਹ ਮੈਂ ਤੁਹਾਡੇ ਨਾਲ ਅਗਲੀਆਂ ਵੀਡੀਓ ਦੇ ਵਿੱਚ ਸ਼ੇਅਰ ਕਰੂੰਗਾ ਹਾਂ ਜੇ ਮੇਰੇ ਅਗਾ ਕੋਈ ਪੱਠੇਵਾਲਾ ਪੱਠੇਵਾਲਾ ਜਿਵੇਂ ਮੇਰੇ ਅਗਾ ਪੱਠੇਵਾਲਾ ਬੰਦਾ ਮੈਂ ਉਹਨੂੰ ਕਹਿ ਦਿੰਦਾ ਨਾ ਵੀ ਜਿਹੜਾ ਕਰੋ ਜਿਵੇਂ ਆਪਾਂ ਦੇਸੀ ਕੰਮਾਂ ਘਰਾਂ ਦੇ ਵਿੱਚ ਪੱਠੇ ਲਿਆਂਦੇ ਫਸਲਾਂ ਨੂੰ ਛੜਤੇ ਤੇ ਬਸ ਡੰਗਰਾਂ ਨੂੰ ਪੱਠੇ ਛੜਤੇ ਤੇ بس ਉਹ ਕੋਈ ਕਿਸੇ ਗੱਲ ਦੀ ਨਾਲਜ ਹੀ ਹੈ ਨਹੀਂ ਜਿਹਨੂੰ ਜੇ ਉਹ ਬੰਦਾ ਆ ਕੇ ਇੱਥੇ ਕਹਿ ਜੂਗਾ ਵੀ ਸਾਨੂੰ ਇੱਥੇ ਕੰਮ ਹੈ ਨਹੀਂ ਉਹਦੇ ਆਸਤੇ ਤਾਂ ਕੰਮ ਕਿਤੇ ਵੀ ਨਹੀਂ ਹੋਣਾ ਸੋ ਮੈਂ ਸਾਰੀ ਗੱਲ ਤੁਹਾਨੂੰ ਡਿਟੇਲ ਦੱਸਦੀ ਆ ਪੁਰਾਣੇ ਬੰਦੇ ਪੈਨਸ਼ਨਾਂ ਤੇ ਜਾ ਰਹੇ ਆ ਰਿਟਾਇਰ ਹੋ ਰਹੇ ਆ ਹਨਾ ਫੈਕਟਰੀਆਂ ਦੇ ਵਿੱਚ ਇੰਡਸਟਰੀ ਏਰੀਆ ਦੇ ਵਿੱਚ ਬੰਦਿਆਂ ਦੀ ਘਾਟ ਬਹੁਤ ਜ਼ਿਆਦਾ ਹੱਦ ਤੱਕ ਪੈਣੀ ਹੈ ਮੈਂ ਇੱਕ ਦਿਨ ਪਹਿਲਾ ਵੀਡੀਓ ਦੇ ਵਿੱਚ ਸ਼ੇਅਰ ਕੀਤਾ 22 ਲੱਖ ਬੰਦਾ ਤਕਰੀਬਨ ਇਟਲੀ ਦੇ ਵਿੱਚ ਲੋੜ ਪੈਣੀ ਹੈ ਜੇਕਰ ਤੁਹਾਡੇ ਕੋਲ ਕੋਈ ਸਕਿੱਲ ਹੈਗਾ ਤਾਂ ਵੀ ਮੇਰੇ ਵੀ ਕੋਈ ਨਾ ਕੋਈ ਸਕਿੱਲ ਹੋਣਾ ਚਾਹੀਦਾ ਹਨਾ ਅੱਜਕੱਲ ਤੁਹਾਨੂੰ ਪਤਾ ਵੀ ਪੜੇ ਲਿਖਿਆ ਦਾ ਜ਼ਮਾਨਾ ਹੋ ਪੜੇ ਲਿਖਿਆ ਨੂੰ ਅਣਪੜ ਬੰਦੇ ਤਾਂ ਫਿਰ ਉਹੀ ਏਜੰਟਾਂ ਦੇ ਧੱਕੇ ਚੜਕੇ ਆਉਣਗੇ ਇੱਥੇ ਆ ਕੇ ਫਿਰ ਉਹੀ ਧੱਕੇ ਖਾਣਗੇ ਪੜੇ ਲਿਖੇ ਹੈਗੇ ਆ ਉਹ ਠੀਕ ਆ ਪਤਾ ਏਜੰਟਾਂ ਦੇ ਰਹੀ ਆ ਉਹ ਫਿਰ ਆ ਕੇ ਇੱਥੇ ਆ ਦਾ ਸੈਟ ਤਾਂ ਹੋਵਾਂਗੇ ਸੋ ਗੱਲਾਂ ਮੇਰਿਆਂ ਥੋੜੀਆਂ ਇੰਗਾ ਵੱਡੀਆਂ ਹੋ ਜਾਂਦੀਆਂ ਕਿਉਂਕਿ ਮੈਂ ਜਿਹੜੀ ਗੱਲ ਕਰਦਾ ਦਿਲੋਂ ਕਰਦਾ ਹੁੰਦਾ ਮੈਂ ਦੇ ਲੋਕਰ ਓਕੇ ਵੀਡੀਓ ਨਹੀਂ ਬਣਾਉਂਦਾ ਹੁੰਦਾ ਮੈਂ ਇੱਕ ਵਾਰੀ ਵੀਡੀਓ ਦੇ ਵਿੱਚ ਬੋਲਣਾ ਸ਼ੁਰੂ ਕਰ ਦੇਣਾ ਵੀਡੀਓ ਦਾ ਐਂਡ ਕਰਕੇ ਹੀ ਸਟਾਪ ਲਾਉਣਾ ਹੁੰਦਾ ਕਿਉਂਕਿ ਮੇਰੇ ਕੋਲ ਗੱਲਾਂ ਜਿਹੜੀਆਂ ਹੁੰਦੀਆਂ ਸਾਰੀਆਂ ਸੱਚੀਆਂ ਹੁੰਦੀਆਂ ਕਿਸੇ ਨੂੰ ਲੱਗੇ ਗੁੱਸਾ ਕਿਸੇ ਨੂੰ ਲੱਗੇ ਗਿਲਾ ਜਿਵੇਂ ਮੈਂ ਕੱਲ ਵੀਡੀਓ ਸ਼ੇਅਰ ਕੀਤੀ ਸੀਗੀ ਵੀ ਜਿਹੜੇ ਕਮਾਂ ਦੇ ਮਾਰ ਬੰਦੇ ਆ ਉਹ ਕਿਵੇਂ ਇਟਲੀ ਦੇ ਵਿੱਚ ਆ ਸਕਦੇ ਉਹਨਾਂ ਵਾਸਤੇ ਕੀ ਵੀਡੀਓ ਕਈ ਵੀਰਾਂ ਨੇ ਮੇਰੇ ਕਮੈਂਟ ਕੀਤੇ ਮੈਸੇਜ ਕੀਤੇ WhatsApp ਤੇ ਵੀ ਕੀਤੇ ਵੀ ਇਹ ਸਾਡੇ ਵੀਡੀਓ ਕਿਸੇ ਕੰਮ ਦੀ ਨਹੀਂ ਨਹੀਂ ਥੋੜੇ ਕੰਮ ਦੀ ਹੋਣੀ ਪਰ ਆਉਣ ਵਾਲੀ ਪੀੜ੍ਹੀ ਦੇ ਤਾਂ ਕੰਮ ਦੀ ਹੈਗੀ ਸੀ ਇਹੋ ਵੀਡੀਓ ਸੋ ਇਸ ਤਰ੍ਹਾਂ ਮੈਂ ਹਰ ਤਰ੍ਹਾਂ ਦੀ ਵੀਡੀਓ ਮੈਂ ਸ਼ੇਅਰ ਕਰਨੀ ਹੁੰਦੀ ਹੈ ਮੇਰਾ ਕੰਮ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨੀ ਹੁੰਦੀ ਹੈ ਵਿਦ ਪ੍ਰੂਫ ਨਾ ਕਿ ਆਪ ਦੇ ਕੋਲੋਂ ਵਿਦ ਪ੍ਰੂਫ ਮੈਂ ਸ਼ੇਅਰ ਕਰਦਾ ਹਾਂ ਨਾ ਡਿਸਕ੍ਰਿਪਸ਼ਨ ਵਿੱਚ ਪ੍ਰੂਫ ਹੁੰਦੇ ਆ ਸੋ ਵੀ ਮੇਰੇ ਇਹੀ ਸੀਗੀ ਅੱਜ ਦੀ ਅਪਡੇਟ ਜਾਣਕਾਰੀ ਜੇਕਰਕਰ ਕੇ ਮੇਰੇ ਵੀਰ ਨੂੰ ਚੰਗੀ ਲੱਗੀ ਆ ਅੱਛਾ ਜਾਂਦਾ ਜਾਂਦਾ ਮੈਂ ਇਹ ਵੀ ਦੱਸਣਾ ਵੀ ਨਵੇਂ ਨੂੰ ਲੀਓਫ ਤੇ ਕਿਉਂ ਨਹੀਂ ਨਿਕਰੇ ਆ ਤੁਹਾਡੇ ਸਾਹਮਣੇ ਪ੍ਰੂਫ ਪਿਆ ਜਿਹੜਾ ਮੈਂ ਪਹਿਲਾਂ ਦੱਸ ਕੇ 10 15 ਮਿੰਟ ਦੇ ਵਿੱਚ ਵਿੱਚ ਸਰਕਾਰ ਨੇ ਰੋਕ ਲਾ ਰੱਖੀ ਆ ਸਰਕਾਰ ਨੇ ਸਕੰਜਾ ਟੈਟ ਕਰ ਰੱਖਿਆ ਜਿਨ੍ਹਾਂ ਦੇ ਨੂਲੇ ਉੱਤੇ ਓਟਿਆਂ ਦੇ ਵਿੱਚ ਵੀ ਆ ਗਏ ਨਾ ਉਹਨਾਂ ਦੀ ਵੀ ਰੀ ਵੈਰੀਫਿਕੇਸ਼ਨ ਹੋ ਰਹੀ ਆ ਦੁਬਾਰਾ ਜਾਂਚ ਪੜਤਾਲ ਹੋ ਰਹੀ ਆ ਸੋ ਉਹਨਾਂ ਦੇ ਨੂਲੇ ਉੱਤੇ ਨਿਕਲ ਲੰਗੇ ਜੇ ਤੁਹਾਡਾ ਮਾਲਕ ਸਹੀ ਆ ਬੰਦਾ ਸਹੀ ਆ ਮਾਲਕ ਸਹੀ ਆ ਤੁਹਾਡੇ ਨੂਲੇ ਉੱਤੇ ਜਰੂਰ ਆਉਣਗੇ ਸਹੀ ਉਹ ਸਕਲ ਦੀ ਵੇੜ ਕਰੋ ਕਿਉਂਕਿ ਸੀਜ਼ਨਲ ਸੀਗੇ ਜਿਹੜੇ ਨਿਕਲ ਚੁੱਕੇ ਆ ਜਿਹੜੇ ਸਾਧ ਆਲੇ ਸੀਗੇ ਉਹਨਾਂ ਦੀ ਵੇਡ ਕਰ ਕਿਉਂਕਿ ਸਰਕਾਰ ਜਿਹੜੀ ਆ ਸਾਧ ਆਲੇ ਪੇਪਰ ਹੁੰਦੇ ਆ ਇਹਦੇ ਪੱਕੇ ਪੇਪਰ ਹੁੰਦੇ ਆ ਸਰਕਾਰ ਉਹਨਾਂ ਤੇ ਥੋੜਾ ਜਿਹਾ ਧਿਆਨ ਦੇ ਕੇ ਗੌਰ ਕਰਦੀ ਹੈ ਵੀਰ ਬੰਦੇ ਨੂੰ ਇੱਥੇ ਪੱਕਾ ਰਹਿਣਾ ਪੈਣਾ ਹੈ ਨਾ ਤੇ ਇਹਦੇ ਤੇ ਇਹਦੀ ਜਿਹੜੀ ਕਾਰਵਾਈ ਆ ਪੂਰੀ ਕਲੀਅਰ ਕੱਟ ਕੀਤੀ ਜਾਵੇ ਸੋ ਵੇਡ ਕਰ ਲਓ ਪੇਪਰ ਫਤਾਂ ਨਿਕਲਣਗੇ ਥੋੜਾ ਜਿਹਾ ਸਰਕਾਰੀ ਦਬਾਅ ਹੈ ਨਾ ਜਿਵੇਂ ਕਹਿੰਦੇ ਸਰਕਾਰੀ ਇਨਕੁਆਇਰੀ ਚੱਲ ਰਹੀ ਹੈ ਉਹਦਾ ਕਰਕੇ ਥੋੜਾ ਜਿਹਾ ਸਰਾਰਾ ਕੰਮ ਲੇਟ ਆ ਸੋ ਏਸੀ ਦਾ ਅਪਡੇਟ ਮੈਂ ਮੈਂ ਜਾਣਕਾਰੀ ਤੇ ਮਿਲਦੇ ਆਂ ਅਗਲੀ ਅਪਡੇਟ ਸਸਿਕਾ ਸਰ ਨੂੰ ਰੱਬ ਰੱਖਾ ਧੰਨਵਾਦ